ਬਹੁਤ ਵਧੀਆ ਪ੍ਰਬੰਧ ਕਰ ਰਹੇ ਆ। ਜੇ ਰੁੱਖ ਵੀ ਸੜੇ ਤਾਂ ਜਾਨਵਰ ਜਿਹੜਾ ਆਪਣੇ ਆਲਣੇ ਦੇ ਵਿੱਚ ਬਹੂਗਾ। ਹੁਣ ਨਾ ਸਰਕੜੇ ਰਹੇ ਆ, ਨਾ ਉਹ ਚੀਜ਼ਾਂ ਰਹੀਆਂ ਜਿੱਥੇ ਗਏ ਆਲਣੇ ਪਾ ਸਕਣ ਪੰਛੀ, ਅਤੇ ਨਾ ਰੁੱਖ ਹੀ ਰਹੇ ਆ। ਅਤੇ ਪੰਛੀਆਂ ਦੇ ਬਚਾਅ ਵਾਸਤੇ ਬਹੁਤ ਵਧੀਆ ਉਪਰਾਲਾ ਬਾਬੇ ਕਵਲੇ ਦੀ। ਬਹੁਤ ਵਧੀਆ ਉਪਰਾਲਾ ਵਾ ਬਾਬੇ ਕਵਲੇ ਦੀ ਸਦਕਾ, ਇਹ ਮੈਂਬਰ ਸਾਹਿਬ ਦੇ ਸਦਕਾ, ਕੁਲਬੀਰ ਸਿੰਘ ਦੇ ਸਦਕਾ, ਵੀ ਜਾਨਵਰ ਜਿਹੜੇ ਅੱਗ ਉੱਗ ਲੱਗਦੀ ਸੀ ਵਿਚਾਰੇ ਦੇ ਰੁੱਖ ਸੜ ਜਾਂਦੇ ਸੀ ਜਾਂ ਨਹੀਂ ਉਹ ਰਹੇ, ਨਾ ਕੱਚੇ ਘਰ ਰਹੇ ਨਾ ਉਹੋ ਜਿਹੇ, ਨਾ ਲੋਕਾਂ ਨੇ ਰੁੱਖ ਰਹਿਣ ਦਿੱਤੇ, ਅਤੇ ਜਾਨਵਰਾਂ ਦੇ ਰਹਿਣ ਸਹਿਣ ਨੂੰ ਇਹ ਪ੍ਰਬੰਧ ਕਰ ਦਿੱਤਾ। ਇਹ ਬਹੁਤ ਵਧੀਆ ਪ੍ਰਬੰਧ ਕਰ ਰਹੇ ਆ। ਜੇ ਰੁੱਖ ਵੀ ਸੜੇ ਤਾਂ ਜਾਨਵਰ ਜਿਹੜਾ ਆਪਣੇ ਆਲਣੇ ਦੇ ਵਿੱਚ ਬਹੂਗਾ। ਇਹ ਉਪਰਾਲਾ ਹੋਰ ਵੀ ਕਰਨਾ ਚਾਹੀਦਾ ਇਹਨਾਂ ਨੂੰ, ਵੱਧ ਤੋਂ ਵੱਧ ਵਧੀਆ ਵਧੀਆ ਕਰ ਰਹੇ ਆ ਜੀ। ਬਾਕੀ ਪੰਜਾਬ ਦੇ ਨੌਜਵਾਨਾਂ ਨੂੰ ਇਹਨਾਂ ਨਾਲ ਵੇਖ ਕੇ ਉਤਸ਼ਾਹ ਚਾਹੀਦਾ ਵਾ, ਨਸ਼ਿਆਂ ਤੋਂ ਮੁਕਤ ਹੋਣ ਕੇ, ਅਤੇ ਮੁਕਤ ਹੋ ਕੇ ਅਤੇ ਇਹੋ ਜਿਹੇ ਕੰਮ ਕਰਨ, ਚੰਗੇ ਸਮਾਜ ਸੇਵਕ ਜਿਹੜੇ ਆ ਕੰਮ ਕਰਨੇ ਚਾਹੀਦੇ ਆ। ਪੰਛੀ ਸਾਡੇ ਇੱਕ ਅਹਿਮ ਰੋਲ ਆ ਜੀ, ਪੰਛੀ ਸਾਡੀ ਵੀ ਮਤਲਬ ਹਰ ਪੰਛੀ ਨੂੰ ਵੀ ਅਸੀਂ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹੁਣ ਨਾ ਸਰਕੜੇ ਰਹੇ ਆ, ਨਾ ਉਹ ਚੀਜ਼ਾਂ ਰਹੀਆਂ ਜਿੱਥੇ ਗਏ ਆਲਣੇ ਪਾ ਸਕਣ ਪੰਛੀ, ਅਤੇ ਨਾ ਰੁੱਖ ਹੀ ਰਹੇ ਆ। ਅਤੇ ਪੰਛੀਆਂ ਦੇ ਬਚਾਅ ਵਾਸਤੇ ਬਹੁਤ ਵਧੀਆ ਉਪਰਾਲਾ ਬਾਬੇ ਕਵਲੇ ਦੀ, ਮੇਅਰ ਸਦਕਾ ਦੇ ਮੈਂਬਰ ਸਦਕਾ ਕੁਲਬੀਰ ਸਿੰਘ ਆ, ਬੰਦੇ ਵੈਦ ਹੋਰ ਵੀ ਆ, ਬਹੁਤ ਵਧੀਆ ਜੀ। ਦੇਖੋ ਹਰ ਕੋਈ ਇਨਸਾਨ ਆਪਣਾ ਘਰ ਬਣਾਉਂਦਾ ਰਹਿੰਦਾ ਵਾ, ਸਾਰੀ ਉਮਰ ਹੀ ਆਪਣਾ ਘਰ ਬਣਾਉਂਦਾ, ਪਰ ਇਹ ਪੰਛੀਆਂ ਦੇ ਘਰ ਵੀ ਜ਼ਰੂਰੀ ਆ। ਕਈ ਤਾਂ ਕਹਿੰਦੇ ਪੰਛੀ ਆਲਸੀ ਹੋ ਗਏ ਆ, ਪਰ ਆਲਸੀ ਨਹੀਂ ਹੋ ਗਏ, ਅਸੀਂ ਆਲਸੀ ਹੋ ਗਏ ਹਾਂ, ਕਿਉਂਕਿ ਪਹਿਲਾਂ ਕਾਨਿਆਂ ਦੀਆਂ ਛੱਤਾਂ ਹੁੰਦੀਆਂ ਸੀ, ਬਾਲਿਆਂ ਦੀਆਂ ਛੱਤਾਂ ਹੁੰਦੀਆਂ ਸੀ ਘਰਾਂ ਦਾ, ਬਰਾਂਡੇ ਹੁੰਦੇ ਸੀ ਤੂੜੀ ਪਾਉਣ ਲਈ, ਉਹਦੇ ਵਿੱਚ ਚਿੜੀਆਂ ਆਲਣੇ ਪਾਉਂਦੀਆਂ ਸੀ, ਅਤੇ ਬਾਹਰ ਮੂਸਲਾਂ ਦੇ ਵਿੱਚ ਆਲਣੇ ਪੈਂਦੇ ਸੀ। ਇਹ ਕਰਕੇ ਸਾਡਾ ਮਨ ਕੀਤਾ, ਇੱਥੇ ਸੋਚਿਆ, ਬਾਬਾ ਗੁਲਾਬਦਾਸ ਜੀ ਦੇ ਸੇਵਾਦਾਰ ਹਾਂ, ਇੱਥੇ ਬੈਠਿਆ ਬੈਠਿਆ ਸੋਚ ਆਈ ਕਿ ਅਸੀਂ ਆਲਣੇ ਬਣਾਈਏ। ਬਾਕੀ ਸਾਡੇ ਸੰਤ ਮਹਾਂਪੁਰਖ ਸੰਤ ਬਾਬਾ ਮੁਕਤਾਰ ਸਿੰਘ ਜੀ ਭਗਤ, ਉਹਨਾਂ ਨੇ ਬਹੁਤ ਸਾਡਾ ਉਪਰਾਲਾ ਕੀਤਾ, ਨਾਲ ਸੰਯੋਗ ਦਿੱਤਾ। ਬਾਕੀ ਅਮਨਦੀਪ ਸਿੰਘ ਘੁੱਦੂ ਮੇਰੇ ਵੀਰ ਨੇ ਆਪਣੇ ਮਿਸਤਰੀ ਦੇ ਕੇ ਇਹ ਆਲਣੇ ਪਰ ਤਿਆਰ ਕੀਤੇ ਆ। ਇਹ ਘੱਟੋ ਘੱਟ 40 ਨਹੀਂ ਅਤੇ 50 ਦੇ ਏੜ ਗੇੜ ਲੱਗ ਚੁੱਕੇ ਨੇ, ਅਤੇ 450 ਆਲਣਾ ਹੋਰ ਬਣਨਾ ਵਾ। ਤੁਸੀਂ ਵੇਖ ਕੇ ਆਏ ਜੇ ਪਿੰਡ ਮਿਸਤਰੀ ਰਹੇ ਆ, ਆਲਣੇ ਬਣ ਰਹੇ ਨੇ, ਅਤੇ ਇੱਦਾਂ ਹੀ ਬਣਾ ਕੇ ਅਸੀਂ ਆਪਣੇ ਪਿੰਡ ਨਹਿਰ 'ਤੇ ਜਿਹੜੇ ਵੀ ਰਾਹ ਜਾਂਦੇ ਸਾਡੇ ਪਿੰਡਾਂ ਨੂੰ ਅਸੀਂ ਉਹਨਾਂ ਦੇ ਆਲਣੇ ਲਾਵਾਂਗੇ। ਬਾਕੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਤੁਸੀਂ ਵੀ ਇਹ ਉਪਰਾਲਾ ਕਰੋ, ਆਪਣੇ ਪਿੰਡ ਦਾ ਨਾਂ ਰੋਸ਼ਨ ਕਰੋ। ਸਾਡਾ ਪਿੰਡ ਰਿਆਲੀ ਬਹੁਤ ਹੀ ਮਹਾਰਾਜ ਦੀ ਕਿਰਪਾ ਵਾ, ਰਲ ਮਿਲ ਕੇ ਰਹਿੰਦੀ ਆ, ਬਹੁਤ ਹੀ ਨਾਮ ਆ ਰਿਆਲੀ ਦਾ, ਅਤੇ ਇਹ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਪਾਣੀ ਰੱਖਣਾ ਗਰਮੀ ਦੇ ਵਿੱਚ, ਹੁਣ ਅੱਗਾਂ ਲੱਗਣੀਆਂ ਵਾ ਕਣਕਾਂ ਨਾੜਾਂ ਨੂੰ, ਅਤੇ ਨਾੜ ਨੂੰ ਅੱਗ ਲੱਗਣੀ, ਇਹਦੇ ਵਿੱਚ ਪੰਛੀ ਲੱਭਣੇ ਨਹੀਂ, ਕਿਉਂਕਿ ਪੰਛੀ ਆ ਰੁੱਖਾਂ ਨੂੰ ਪੈਲੀਆਂ ਦੇ ਵਿੱਚ ਹੀ ਆ, ਅਤੇ ਇਹ ਕਰਕੇ ਸੜਕ ਦੇ ਉੱਤੇ ਅਸੀਂ ਇਹ ਆਲਣੇ ਲਾਏ ਆ, ਉਪਰਾਲਾ ਕੀਤਾ ਵਾ। ਅਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਸਾਡੀ ਬੇਨਤੀ ਪ੍ਰਵਾਨ ਕਰਿਓ ਕਿ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਵਧੀਆ ਲੱਕੜ ਦੇ ਆਲਣੇ ਬਣਾ ਕੇ ਰੁੱਖਾਂ ਦੇ ਉੱਤੇ ਲਾਓ, ਜਿਹੜੇ ਪੰਛੀ ਬਾਹਰ ਫਿਰਦੇ ਤੁਰਦੇ ਆ ਉਹ ਇਹਨਾਂ ਆਲਣਿਆਂ 'ਚ ਰਹਿਣਗੇ, ਅਤੇ ਤੁਹਾਡੇ ਪਿੰਡ ਦਾ ਹੀ ਨਾਂ ਰੋਸ਼ਨ ਹੋਊਗਾ ਕਿ ਕੋਈ ਬਾਹਰੋਂ ਆਣ ਕੇ ਵੇਖੂਗਾ ਕਿ ਬਹੁਤ ਹੀ ਪੰਛੀ ਆ ਇਹ ਪਿੰਡ ਦੇ ਵਿੱਚ। ਇੰਨੀਆਂ ਬੇਨਤੀਆਂ ਸਾਡੀਆਂ ਪ੍ਰਵਾਨ ਕਰਿਓ ਬਾਬਾ ਜੀ। ਸਾਡਾ ਇਹ ਉਪਰਾਲਾ ਵਾ ਕਿ ਸਾਡੇ ਪਿੰਡ ਇੱਕੋ ਟਾਵਰ ਆ, ਇੱਕ ਪਰਦੇ ਇਹ ਟਾਵਰਾਂ ਕਰਕੇ ਪੰਛੀ ਵੀ ਨਹੀਂ ਆਉਂਦੇ, ਟਾਵਰਾਂ ਦਾ ਜਿਹੜਾ ਵਾਇਰਸ ਆ ਉਹਨਾਂ ਵੀ ਪੰਛੀ ਨਹੀਂ ਆਉਂਦੇ। ਸਾਡਾ ਇਹੋ ਉਪਰਾਲਾ ਕਿ ਅਸੀਂ ਮੁੱਲ ਲਿਆ ਕੇ ਵੀ ਪੰਛੀ ਚਿੜੀਆਂ ਜਿਹੜੀਆਂ ਛੱਡਾਂਗੇ, ਅਤੇ ਛੱਡ ਕੇ ਇਹ ਜਿਹੜੇ ਆਲਣੇ ਆ ਹੁਣ ਵੀ ਤੁਸੀਂ ਵੇਖ ਸਕਦੇ ਹੋ ਇਹ ਆਲਣੇ ਮੱਲੇ ਗਏ ਆ। ਪਹਿਲਾਂ ਸਾਡਾ ਇਹੋ ਉਪਰਾਲਾ ਸੀ, ਅਸੀਂ 40 ਆਲਣੇ ਇਸ ਕਰਕੇ ਲਾਏ ਸੀ ਕਿ ਇਹਨਾਂ ਦੇ ਵਿੱਚ ਵੇਹਨੇ ਆ ਕਿ ਪੰਛੀ ਆਉਂਦੇ ਕਿ ਨਹੀਂ, ਪਰ ਇਹਨਾਂ 40 ਆਲਣਿਆਂ ਦੇ ਵਿੱਚ ਸਾਰੇ ਆਲਣੇ ਮੱਲੇ ਗਏ ਆ, ਵਿੱਚ ਇੱਕ ਦੋ ਆਲਣੇ ਆ ਜਿਨ੍ਹਾਂ ਦੇ ਵਿੱਚ ਪੰਛੀ ਨਹੀਂ ਆ, ਬਾਕੀ ਸਾਰੇ ਆਲਣਿਆਂ ਦੇ ਵਿੱਚ ਪੰਛੀ ਹੈਗੇ ਨੇ।